ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਪਰੀਮ ਕੋਰਟ ਦੀ ਜਿਹੜੀ ਇਹ ਜੱਜਮੈਂਟ ਹੈ ਔਰ ਜਿਹਦੇ ਵਿੱਚ ਉਹਨਾਂ ਨੇ ਸਿੱਖ ਕਲਟ ਵਰਡ ਯੂਜ਼ ਕੀਤਾ ਹੈ, ਇਹ ਕੋਈ ਗਵਾਹੀ ਦਿੱਤੀ ਹੈ ਰਜਿੰਦਰ ਸਿੰਘ ਨੇ, ਹੁਣ ਇਹ ਨਹੀਂ ਪਤਾ ਉਹ ਰਜਿੰਦਰ ਸਿੰਘ ਸਿੱਖ ਹੈ ਕਿ ਨੋਨ ਸਿੱਖ ਹੈ, RSS ਦਾ ਬੰਦਾ ਜਾਂ ਕਿਸ ਦਾ ਬੰਦਾ ਹੈ, ਲੇਕਿਨ ਇਹ ਬੜਾ ਇਤਰਾਜ਼ਯੋਗ ਹੈ ਕਿ ਸਿੱਖਿਜ਼ਮ ਲਈ ਕਲਟ ਵਰਡ ਯੂਜ਼ ਕੀਤਾ ਗਿਆ। ਇੱਕ ਗੱਲ ਇਹ ਕਹੀ ਗਈ ਕਿ ਅਯੋਧਿਆ ਵਿੱਚ ਗੁਰੂ ਨਾਨਕ ਗਏ, ਇਹ ਮੰਨਿਆ ਜਾ ਸਕਦਾ ਕਿ ਗੁਰੂ ਨਾਨਕ ਸਾਹਿਬ ਉੱਥੇ ਗਏ ਹੋਣਗੇ ਕਿਉਂਕਿ ਗੁਰੂ ਨਾਨਕ ਸਾਹਿਬ ਹਰਿਦੁਆਰ ਵੱਲ ਗਏ ਹੀ ਗਏ ਨੇ, ਲੇਕਿਨ ਇੱਕ ਗੱਲ ਬੜੀ ਸਮਝਣ ਵਾਲੀ ਹੈ ਕਿ ਪਾਤਸ਼ਾਹੀ ਚੌਥੀ ਦਾ ਇੱਕ ਸ਼ਬਦ ਹੈ ਕਿ ਤੀਰਥ ਉਦਮ ਸਤਗੁਰ ਸਤਿਗੁਰ ਕੀਆ ਸਭ ਲੋਕ ਉਧਰਨ ਅਰਥਾ। ਇਹਦਾ ਮਤਲਬ ਇਹ ਹੈ ਕਿ ਗੁਰੂ ਸਾਹਿਬ ਜਗ੍ਹਾ ਜਗ੍ਹਾ 'ਤੇ, ਤੀਰਥਾਂ 'ਤੇ, ਪਵਿੱਤਰ ਸਥਾਨਾਂ 'ਤੇ ਗਏ ਨੇ, ਉੱਥੋਂ ਦੇ ਲੋਕਾਂ ਨੂੰ ਗਲਤ ਰਸਤੇ ਤੋਂ ਰੋਕਣ ਲਈ, ਇੱਕ ਸਹੀ ਰਸਤੇ ਵੱਲ ਪਾਉਣ ਲਈ। ਉਹ ਇਟ ਡਜ਼ ਨਾਟ ਮੀਨ ਕਿ ਉਹ ਅਯੋਧਿਆ ਗਏ ਨੇ ਤਾਂ ਉਹ ਕੋਈ ਮੰਦਰ ਵਿੱਚ ਦੇ ਦਰਸ਼ਨ ਕਰਨ ਜਾਂ ਉੱਥੋਂ ਉਹਦੇ ਭਗਤ ਸੀ ਹੈ। ਇਹ ਬੜਾ ਕਲੀਅਰ ਔਰ ਸਾਫ਼ ਤੌਰ 'ਤੇ ਚੌਥੇ ਪਾਤਸ਼ਾਹ ਦੇ ਸ਼ਬਦ ਦੇ ਵਿੱਚ ਵੀ ਇਹ ਗੱਲ ਆ ਜਾਂਦੀ ਹੈ ਕਿ ਪਾਰ ਉਤਾਰਾ ਲੋਕਾਂ ਨੂੰ ਗਲਤ ਰਸਤੇ ਤੋਂ ਜਾਣ ਤੋਂ ਰੋਕਣ ਲਈ ਉਹਨਾਂ ਦੇ ਜਿਹੜੇ ਗਲਤ ਵਿਸ਼ਵਾਸ ਨੇ, ਕਰਮ ਕਾਂਡ ਨੇ, ਉਹਨਾਂ ਤੋਂ ਵਰਜਿਤ ਕੀਤਾ ਉਹਨਾਂ ਨੂੰ। ਤੋ ਮੈਂ ਸਮਝਦਾ ਕਿ ਇਹ ਇੱਕ ਬੜਾ ਵੱਡਾ ਸੁਪਰੀਮ ਕੋਰਟ ਨੇ ਜੋ ਸਿੱਖ ਕਲਟ ਵਰਡ ਯੂਜ਼ ਕੀਤਾ ਇੱਕ ਰਜਿੰਦਰ ਸਿੰਘ ਦੇ ਗਵਾਹੀ ਦੇ ਆਧਾਰ 'ਤੇ, ਇਸ ਦੇ ਉੱਤੇ ਸਾਨੂੰ ਕੌਮੀ ਤੌਰ 'ਤੇ ਰਿਐਕਸ਼ਨ ਕਰਨਾ ਚਾਹੀਦਾ ਸੁਪਰੀਮ ਕੋਰਟ ਦੇ ਵਿੱਚ, ਇਸ ਵਰਡ ਨੂੰ ਠੀਕ ਕਰਨ ਲਈ, ਕਿਉਂਕਿ ਆਉਣ ਵਾਲੇ ਸਮੇਂ ਵਿੱਚ ਸੁਪਰੀਮ ਕੋਰਟ ਦੀ ਇਹ ਵਰਡਿਕਟ ਜਿਹੜੀ ਹੈ ਬੜੀ ਇਸ ਨੂੰ ਮਿਸਯੂਜ਼ ਕੀਤਾ ਜਾ ਸਕਦਾ। ਤੋ ਸਿੱਖਿਜ਼ਮ ਇੱਕ ਸਭ ਤੋਂ ਮਾਡਰਨ ਰਿਲੀਜਨ ਹੈ ਔਰ ਇਹ ਇੱਕ ਅਲੱਗ ਆਇਡੈਂਟੀ ਹੈ ਇਸਦੀ, ਇਹਦੀ ਪੂਜਾ ਪੱਧਤੀ ਅਲੱਗ ਹੈ, ਇਹ ਵਨਨੈਸ ਇੱਕ ਪਰਮਾਤਮਾ ਇੱਕ ਓਮਕਾਰ ਦੇ ਵਿੱਚ ਬਿਲੀਵ ਕਰਨ ਵਾਲੇ, ਇੱਕ ਅਲੱਗ ਮਜ਼ਹਬ ਹੈ, ਇੱਕ ਅਲੱਗ ਪੰਥ ਹੈ, ਨਿਰਮਲ ਪੰਥ ਹੈ। ਔਰ ਗੁਰੂ ਨਾਨਕ ਸਾਹਿਬ ਵੀ ਅਗਰ ਅਯੋਧਿਆ ਵੱਲ ਗਏ ਨੇ ਤਾਂ ਉਹਨਾਂ ਨੂੰ ਪਰਮਾਤਮਾ ਦੀ ਵਨਨੈਸ ਦਾ ਜੋ ਪ੍ਰੈਕਟਿਸ ਕਰਵਾਉਣ ਲਈ ਜਾਂ ਉਹਨਾਂ ਨੂੰ ਪਰਮਾਤਮਾ ਦਾ ਬੋਧ ਕਰਵਾਉਣ ਲਈ ਗਏ ਨੇ, ਨਾ ਕਿ ਉੱਥੇ ਕੋਈ ਪੂਜਾ ਪਾਠ ਕਰਨ ਗਏ ਨੇ ਜਾਂ ਤੀਰਥ ਸਥਾਨ 'ਤੇ ਗਏ ਨੇ। ਮੈਂ ਇਹ ਕਹਿੰਦਾ ਇਹ ਬੜਾ ਅਨਫਾਰਚੂਨੇਟ ਹੈ ਕਿ ਮੈਂ ਇਸ ਬਾਰੇ ਬੜੀ ਵਾਰ ਗੱਲ ਵੀ ਕਰਦਾ ਕਿ ਅਸੀਂ ਗੁਰੂ ਨਾਨਕ ਦੀ ਜਾਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਫਿਲੋਸਫੀ ਹੈ, ਗੁਰੂ ਨਾਨਕ ਦਾ ਜਿਹੜਾ ਸੰਦੇਸ਼ ਹੈ, ਸਿਧਾਂਤ ਨੇ, ਸੰਕੇਤ ਨੇ, ਇਹ ਅਸੀਂ ਦੁਨੀਆ ਤੱਕ ਫੈਲਾਉਣ ਦੇ ਵਿੱਚ ਅਸਫਲ ਰਹੇ ਹਾਂ। ਤੋ ਮੈਨੂੰ ਲੱਗਦਾ ਕਿ ਇਹ ਅਗਰ ਸੁਪਰੀਮ ਕੋਰਟ ਦੀਆਂ ਕਾਰਵਾਈਆਂ ਨੂੰ ਅਗਰ ਸਾਡਾ ਜਿਹੜਾ ਥਿੰਕ ਟੈਂਕ ਹੈ ਅਗਰ ਉਹ ਇਸ ਨੂੰ ਫੋਲੋ ਕਰਦਾ ਹੁੰਦਾ ਤਾਂ ਸ਼ਾਇਦ ਵਕਤ ਦੇ ਨਾਲ ਅਸੀਂ ਇਸ ਗੱਲ ਦੇ ਵਿੱਚ ਇੰਟਰਵੀਨ ਕਰ ਸਕਦੇ ਸੀ, ਪਰ ਹੁਣ ਕਿਉਂਕਿ ਇਹ ਜਿਹੜੀ ਇਹ ਵਰਡਿਕਟ ਆ ਚੁੱਕੀ ਹੈ ਤਾਂ ਇਸ ਵਿੱਚ ਮੈਨੂੰ ਜ਼ਰੂਰ ਲੱਗਦਾ ਕਿ ਸਾਡੇ ਜਿਹੜੇ ਵੱਡੇ ਬੈਠੇ ਨੇ ਉੱਤੇ ਲੀਡਰ ਸਾਹਿਬਾਨ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੈਂ ਉਹਨਾਂ ਨੂੰ ਇਹ ਚਿੱਠੀ ਲਿਖਣ ਵਾਲਾ ਕਿ ਇਸ ਨੂੰ ਇਹ ਕੋਈ ਲੀਗਲ ਐਡਵਾਈਸ ਲੈ ਕੇ ਔਰ ਸਾਨੂੰ ਜਿਹੜਾ ਇਹ ਵਰਡ ਹੈ ਇਸ ਵਰਡ ਨੂੰ ਜ਼ਰੂਰ ਇਸ ਦੇ ਉੱਤੇ ਇਤਰਾਜ਼ ਕਰਕੇ ਉਸਨੂੰ ਉਹਦੇ 'ਚੋਂ ਕਟਵਾਉਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਾਂ ਗਲੋਬ ਐਡਵਾਈਸ ਓਵਰਸੀਜ਼ ਐਜੂਕੇਸ਼ਨ ਅਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ, ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ। ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਅਤੇ ਸਕੋਲਰਸ਼ਿਪਸ ਵਿੱਚ ਹੈਲਪ ਕਰਦੇ ਹਾਂ। ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕੋਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ। ਅਸੀਂ ਬੱਚਿਆਂ ਦੇ ਵੀਜ਼ਾ, LORs, SOPs ਹੈਲਪ ਕਰਦੇ ਹਾਂ ਅਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ ਏਅਰਪੋਰਟ ਪਿਕਅਪ ਅਤੇ ਉਹਨਾਂ ਦੀ ਟੈਂਪਰੇਰੀ ਅਕੋਮੋਡੇਸ਼ਨ ਦਾ ਇੰਤਜ਼ਾਮ ਵੀ ਕਰਦੇ ਹਾਂ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।